डीआईजी जलंधर रेंज आज जलंधर के सिविल हॉस्पिटल पहुंचे ने सिविल हॉस्पिटल का दौरा किया गलबात कर रहे हैं सर आज तुम दौरा किया सिविल हॉस्पिटल का सर हाँ जी सिविल हॉस्पिटल का नहीं डी एडिक्शन सेंटर आए थे रीहैब सेंटर तो सरकार की हिदायत है कि जो सप्लाई डिमांड साइड के जो जो आगू अफसर सरकारी बारिशों से हड़ते पानी नाल डेंगू के फैलाव रोकने लिए मुख्यमंत्री भगवंत मान वालों विशेष मुहिम हर शुक्रवार डेंगू त्यौहार की शुरुआत की गई इस संबंधी पंजाब सरकार ने व्यापक पद्धर उत्ते तैयारियां शुरू कर दित्तियां हन सरकारी हस्पतालों विच डेंगू ते मलेरिया दे मुफ्त टेस्ट अते मुफ्त इलाज दी सहूलत दित्ती गई है लारवादी चेकिंग करन लई मुलाजमां दी तैनाती करन दे नाल नाल शहर अते पिंडां विच दवाई दे छिड़काव लई टुकमे प्रबंधां नूं वी यकीनी बनाया गया है हर शुक्रवार डेंगू ते वार दायरे इनवॉल्वड है ते आपस विच जेलिंग होनी चाहिए ओ कर रहे हैं डॉक्टर नाल मीटिंग कीती डॉक्टर नूं कोई हिदायतां दित्तियां नहीं हिदायतां नहीं मैं हिदायतां नहीं इट इज अ इनफॉर्मल डिस्कशन ਤੁਸੀਂ ਦੇਖ ਸਕਦੇ ਹੋ ਡੀ ਆਈ ਜੀ ਜਲੰਧਰ ਰੇਂਜ ਅੱਜ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਉਹਨਾਂ ਨੇ ਡਾਕਟਰ ਨਾਲ ਮੀਟਿੰਗ ਵੀ ਕੀਤੀ ਡੀ ਆਈ ਜੀ ਜਲੰਧਰ ਰੇਂਜ ਅੱਜ ਜਲੰਧਰ ਦੇ ਨਸ਼ਾ ਛੁਡਾਊ ਕੇਂਦਰ ਦੇ ਪਹੁੰਚੇ ਹੋਏ ਆ ਗੱਲਬਾਤ ਕਰ ਲੈਣ ਮੈਡਮ ਅੱਜ ਡੀ ਆਈ ਜੀ ਜਲੰਧਰ ਰੇਂਜ ਇੱਥੇ ਪਹੁੰਚੇ ਸੀ ਤੁਹਾਡੇ ਨਾਲ ਮੀਟਿੰਗ ਕੀਤੀ ਕੀ ਹਦਾਇਤਾਂ ਦੱਸੀਆਂ ਤੇ ਤੁਸੀਂ ਆਪਣੀਆਂ ਕੀ ਮੁਸ਼ਕਲਾਂ ਦੱਸੀਆਂ ਸਾਨੂੰ ਜਿੱਦਾਂ ਕੋਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਆਉਂਦੀ ਹੈ ਸਾਡੇ ਸੈਂਟਰਸ ਤੋਂ ਬਾਹਰ ਅਤੇ ਜਿੱਦਾਂ ਕੋਈ ਇਲੀਗਲ ਦੀ ਪਤਾ ਲੱਗਦਾ ਹੈ ਤਾਂ ਉਹਨਾਂ ਨੇ ਕਿਹਾ ਡਾਇਰੈਕਟਲੀ ਨੰਬਰ ਸ਼ੇਅਰ ਕਰਤੇ ਕਿ ਇਹਨਾਂ ਨਾਲ ਕੰਟੈਕਟ ਕਰ ਲਓ ਤਾਂ ਕਿ ਉਹ ਵੀ ਕਰ ਲੈਣਗੇ ਅਤੇ ਤਾਂ ਕਿ ਉਹ ਜਲਦੀ ਹੋ ਜਾਏ ਬਾਕੀ ਜੋ ਉਹਨਾਂ ਦਾ ਪੋਰਸ਼ਨ ਹੈ ਉਹ ਕਰਨਗੇ ਸਾਨੂੰ ਤਾਂ ਮੇਨ ਮੁਸ਼ਕਲਾਂ ਆਉਂਦੀਆਂ ਸਾਡੇ ਓਟ ਕਲੀਨਿਕਸ ਦੇ ਬਾਹਰ ਲੋਕ ਇਹ ਕਰਦੇ ਆ ਜੇ ਕੋਈ ਸੇਲ ਕਰਦਾ ਹੈ ਜਾਂ ਕੁਛ ਉਹ ਪੁਲਿਸ ਦੀ ਉਹ ਵਧਾਉਣਗੇ ਕਿਉਂਕਿ ਅਸੀਂ ਅੰਦਰੋਂ ਤਾਂ ਐਜ਼ ਅ ਪੇਸ਼ੈਂਟ ਜਿੰਨੀ ਉਹਦੀ ਹੁੰਦੀ ਹੈ ਮੈਡੀਸਿਨ ਉੰਨੀ ਦੇਈਦੀ ਹੈ ਜੇ ਕੋਈ ਪ੍ਰੋਬਲਮ ਬਾਹਰ ਹੈ ਉਹ ਸਾਨੂੰ ਉਹਨਾਂ ਨੇ ਪੂਰੀ ਕੋਆਪਰੇਸ਼ਨ ਦੇਣਗੇ ਕਾਫੀ ਲੰਬੀ ਮੀਟਿੰਗ ਚੱਲੀ ਹੈ ਕੀ ਗੱਲਬਾਤ ਹੋਈ ਤੁਹਾਡੇ ਨਾਲ ਉਹਨਾਂ ਦੀ ਉਹਨਾਂ ਨੇ ਕੀ ਗੱਲਬਾਤ ਕੀਤੀ ਨਹੀਂ ਇਟ ਵਾਸ ਜਸਟ ਕਿ ਅਭੀ ਹਮ ਇੱਕ ਦੂਸਰੇ ਕੋ ਸਟ੍ਰੈਟਜੀ ਬਣਾ ਰਹੇ ਸੀ ਬਟ ਦੈਨ ਵੀਲ ਲੈਟ ਯੂ ਨੋ ਇਹ ਸੀ ਡਾਕਟਰ ਜੋਤੀ ਸ਼ਰਮਾ ਜਿਨ੍ਹਾਂ ਨੇ ਦੱਸਿਆ ਕਿ ਡੀ ਆਈ ਜੀ ਜਲੰਧਰ ਰੇਂਜ ਨਾਲ ਉਹਨਾਂ ਨਾਲ ਮੀਟਿੰਗ ਕੀਤੀ ਗਈ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਅਤੇ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਡੀ ਆਈ ਜੀ ਜਲੰਧਰ ਰੇਂਜ ਵੱਲੋਂ ਇਹ ਕਿਹਾ ਗਿਆ ਉਹਨਾਂ ਦੀਆਂ ਮੁਸ਼ਕਲਾਂ ਜਲਦੀ ਹੱਲ ਕਰ ਦਿੱਤੀਆਂ ਜਾਣਗੀਆਂ ਕੈਮਰਾਮੈਨ ਜਤੀ ਦੇ ਨਾਮ ਵਿਨੇ ਸ਼ਰਮਾ ਦੈਨਿਕ ਸਵਰਾ ਟੀਵੀ ਜਲੰਧਰ